ओलंपिक्स दे विच मेडल जितने वाले खिडारियों दी खबरां दरमियान एक तस्वीर तुहानू पंजाब दे बटाल तों विखाउंदे आ जिथे एक खिडारन अत दी गरीबी विच अपनी खेड नू जारी रखण लई संघर्ष कर रही है। ਇੱਥੇ ਟੋਕਿਓ ਓਲੰਪਿਕਸ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੂਬਾ ਅਤੇ ਸੈਂਟਰ ਸਰਕਾਰਾਂ ਵੱਲੋਂ ਵੱਡੇ ਇਨਾਮ ਨਾਲ ਨਵਾਜ਼ਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਸਹੂਲਤਾਂ ਤੋਂ ਸਖਣੀ ਹੈ। ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪਗੜ੍ਹ ਜਿੱਥੇ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿੱਚ ਖੇਲੋ ਇੰਡੀਆ ਖੇਡਾਂ ਵਿੱਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ ਅਤੇ ਹੋਰ ਵੀ ਕਈ ਮੱਲਾਂ ਮਾਰ ਚੁੱਕੀ ਪਰ ਗਰੀਬੀ ਦੀ ਅਜਿਹੀ ਮਾਰ ਕਿ ਆਪਣੇ ਘਰ ਵਿੱਚ ਬਿਨਾਂ ਛੱਤ ਤੋਂ ਰਹਿਣ ਨੂੰ ਵੀ ਮਜਬੂਰ ਹੈ। ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਹੋਣ ਕਰਕੇ ਮੈਂ ਥੋੜੀ ਗੇਮ 'ਚ ਵਧੀਆ ਨਹੀਂ ਹਾਂ। ਬਾਕੀ ਵਧੇ ਹੋਏ ਪਲੇਅਰਾਂ ਦੀ ਤਾਂ ਸਾਰੇ ਇੰਨਾ ਖਰਚਾ ਕਰਦੇ ਉਹਨਾਂ ਤੇ ਇੰਨਾ, ਪਰ ਫਾਇਦਾ ਤੇ ਤਾਂ ਹੈ ਆਪਾਂ ਨੂੰ ਜਿਵੇਂ ਛੋਟੇ ਲੈਵਲ ਤੋਂ ਬੱਚਿਆਂ ਦੀ ਹੈਲਪ ਕਰਕੇ ਉਹਨਾਂ ਨੂੰ ਅੱਗੇ ਪਹੁੰਚਾਇਆ ਜਾ ਸਕੇ ਤਾਂ ਜੀ ਆਉਣ ਵਾਲੇ ਓਲੰਪਿਕ ਪੀੜ੍ਹੀਆਂ ਵਿੱਚ ਹੋਰ ਵਧੀਆ ਤੋਂ ਵਧੀਆ ਬੱਚੇ ਪੰਜਾਬ ਦੇ ਅੱਗੇ ਨਿਕਲ ਸਕਣ। हालात ए हन कि घर विच दो कमरे हन ते एक कमरे दी छत डिग चुकी है। एक ही कमरे विच परिवार रहन नू मजबूर है अते पिता दा पैर ठीक ना होन कारण घर दी कमाई दा जरिया वी रुकिया होया है। असीं कहना चाहने आ कि साडी गुड़िया खेडदी है, नवदीप कौर नैशनल वी खेड के आई है, खेलो इंडिया वी, हां जी इन्हां ने बहुत सारे इनाम भी जीते हुए है, पर असीं बहुत गरीबी च रह रहे हैं। खिडारी नवदीप कौर ने दस्या कि उसनू बचपन तो ही खेडा दा शौक सी अते पढ़ाई दे नाल नाल ਖੇਡਾਂ ਵੱਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀ ਕਈ ਖੁਸ਼ੀਆਂ ਨੂੰ ਦਬਣਾ ਪਿਆ। ਕਾਰਨ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਛੋਟੇ ਘਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਗੇਮ ਕਰਨ ਦਾ ਇੱਕ ਹੌਸਲਾ ਆ, ਜਜ਼ਬਾ ਹੈ ਉਹਨਾਂ ਵਿੱਚ, ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਲਈ ਸਪੋਰਟ ਕੀਤੀ ਜਾਵੇ ਤਾਂ ਜੋ ਉਹ ਗੇਮ ਵਧੀਆ ਕਰ ਸਕਣ, ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰ ਸਕਣ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ, ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰ ਸਕਣ। ਸੋ ਸਰਕਾਰਾਂ ਨੂੰ ਗੁਹਾਰ ਹੈ ਕਿ ਜਿਹੜੇ ਖਿਡਾਰੀਆਂ ਨੇ ਆਉਣ ਵਾਲੇ ਸਮੇਂ 'ਚ ਮੁਲਕ ਦਾ ਮਾਣ ਬਣਨਾ ਹੈ ਉਹ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਤੇ ਪਰਿਵਾਰਕ ਗੁਜ਼ਾਰਾ ਵੀ ਬੜੀ ਮੁਸ਼ਕਿਲਾਂ ਨਾਲ ਚੱਲਦਾ ਹੈ। ਗੁਰਦਾਸਪੁਰ ਤੋਂ ਪਰਮਵੀਰ ਰਿਸ਼ੀ ਦੀ ਰਿਪੋਰਟ, ਜ਼ੀ ਮੀਡੀਆ।